ਇੱਕ ਵਾਰੀ ਬਾਬਾ ਜੀ ਨੇ ਸੱਡਿਆ, ਸਦਕੇ ਕਹਿਣ ਲੱਗੇ ਆਹ ਸ਼ਬਦ ਪੜ, ਮੇਰੀ ਮਤ ਬਾਮਰੀ ਮੈਂ ਰਾਮ ਵਿਸਾਰੀ। ਸਤਿਵਚਨ ਪੜ੍ਹਨ ਲੱਗੇ ਤਾਂ ਕਹਿਣ ਲੱਗੇ ਨਾ ਇਸ ਤਰਜ ਵਿੱਚ ਨਾ ਪੜੋ, ਇਹ ਹੈ ਪਛਤਾਵਾ, ਇਹ ਹੈ ਹੌਕਾ, ਇਹ ਹੈ ਰੋਣਾ ਆਪਣੇ ਸਾਈ ਦੇ ਅੱਗੇ। ਤਰਜ ਵੀ ਇਹੋ ਜਿਹੀ ਪੜੋ ਜਿਹੜੀ ਰੋਣ ਵਾਲੀ ਤੋਂ, ਸਾਨੂੰ ਤੇ ਕੋਈ ਆਈ ਨਾ। ਬਾਬਾ ਜੀ ਨੇ ਫਿਰ ਆਪ ਦੱਸੀ, ਮੇਰੀ ਮਤ ਬਾਮਰੀ ਮੈਂ ਰਾਮ ਵਿਸਾਰਿਆ। ਕਿੱਡਾ ਦਰਦ ਸੀ ਉਹਨਾਂ ਦੀ ਆਵਾਜ਼ ਵਿੱਚ, ਆਵਾਜ਼ ਸੀ ਕਿ ਕੀਰਨੇ ਸਨ, ਮੇਰੀ ਮਤ ਬਾਮਰੀ। ਸੱਜੇ ਗੋਡੇ ਉੱਤੇ ਹੱਥ ਮਾਰ ਕੇ ਸਮਝਾਉਂਦੇ ਸਨ ਤੇ ਆਉਂਦੇ ਸਨ, ਰਾਮ ਵਿਸਾਰਿਓ ਮੇਰੀ ਮਤ ਬਾਮਰੀ, ਮੈਂ ਰਾਮ ਵਿਸਾਰਿਓ ਮੇਰੀ ਮਤ ਬਾਮਰੀ। ਆਉਂਦੇ ਸਨ ਕੋਈ ਰੋਂਦਾ ਹੋਵੇ ਉਹਨੇ ਸੋਚਣਾ ਮੈਂ ਕਿਹੜੇ ਰਾਗ ਵਿੱਚ ਰੋਵਾਂ। ਕਦੇ ਰੋਣਾ ਵੀ ਕਿਸੇ ਨੇ ਰਾਗ ਵਿੱਚ ਰੋਇਆ? ਤੁਸੀਂ ਰਾਗ ਬਣਾਉਂਦੇ ਹੋ, ਰਾਗ ਗਾਉਂਦੇ ਹੋ, ਵਿੱਚ ਰੋਣਾ ਨਹੀਂ ਆਉਂਦਾ। ਤੇ ਸਾਡਾ ਤਾਂ ਬਈ ਗੁਰੂ ਨਾਨਕ ਅੱਗੇ ਰੋਣਾ ਹੀ ਰੋਣਾ। ਅੱਜ ਸਵੇਰੇ ਜਿਸ ਵੇਲੇ ਭੋਗ ਪੈ ਰਿਹਾ ਸੀ, ਪੰਕਤੀ ਕੰਨਾਂ ਵਿੱਚ ਗੂੰਜ ਗਈ, ਮਾਇਆ ਕਾਰਨ ਤਾਂ ਬਈ ਮੂਰਖ ਲੋਕ ਅਜਾਨ। ਇਹ ਕਿਤਨੇ ਅਣਜਾਣ ਹਨ, ਕਿਤਨੇ ਮੂਰਖ ਹਨ, ਮਾਇਆ ਦੇ ਮਗਰ ਭੱਜੇ ਜਾਂਦੇ ਨੇ, ਮਾਇਆ ਦੇ ਸਵਾਮੀ ਦੇ ਪੈਰ ਨਹੀਂ ਪੜਦੇ। ਕਿਸੇ ਦੀ ਘਰਵਾਲੀ ਹੋਵੇ, ਜੇ ਉਸਦੇ ਘਰਵਾਲੇ ਨੂੰ ਚੰਗ ਗੱਲ ਆਖੀਏ, ਉਹ ਮਨਾ ਸਕਦਾ ਕਿ ਅਸੀਂ ਮਨਾ ਸਕਦੇ? ਉਹਦਾ ਹੱਕ, ਉਹ ਮਨਾਏ। ਆਪਾਂ ਉਸਨੂੰ ਆਖੀਏ ਉਹ ਮਾਇਆ ਦਾ ਸਵਾਮੀ ਹੈ ਸਾਈਂ, ਉਸਦੇ ਪੈਰ ਫੜ ਕੇ ਜਿਹੜੀ ਬੇਨਤੀ ਕਰਨੀ ਹੈ ਇੱਥੇ ਕਰ, ਉਹਦੇ ਮਗਰ ਨਾ ਭਟਕ। ਮਾਇਆ ਕਾਰਨ ਥਾ ਬਈ ਮੂਰਖ ਲੋਕ ਅਜਾਨ, ਉਹ ਮੂਰਖ ਹਨ ਨਾ, ਅਣਜਾਣ ਹਨ। ਅਣਜਾਣ ਕਿਹਨੂੰ ਆਖਦੇ ਨੇ? ਜਿਹਦੇ ਕੋਲ ਚੀਜ਼ ਪਈ ਹੋਵੇ ਤੇ ਭਜਿਆ ਜਾਂਦਾ ਹੋਵੇ, ਪੁੱਛਦਾ ਫਿਰਦਾ ਹੋਵੇ। ਸਹਿਬਾਗਨ ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਸੁਖ ਦੀ ਖਾਤਰ ਕਿਤਨੇ ਦੁੱਖ ਪਾ ਰਿਹਾ, ਬੰਦੇ ਬੰਦੇ ਕੋਲ ਜਾਂਦਾ, ਬੰਦੇ ਬੰਦੇ ਦੀ ਸੇਵਾ ਕਰਦਾ, ਬੰਦਿਆਂ ਦਾ ਦਾਸ ਬਣਿਆ ਫਿਰਦਾ। ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਇਹਦੀ ਹਾਲਤ ਕਿਆ ਹੈ? ਅਕੇ ਉਸ ਕੁੱਤੇ ਵਰਗੀ, ਇਹ ਦੁਆਰੇ ਦੁਆਰੇ ਸਵਾਨ ਜਿਉਂ ਡੋਲਤ, ਨਹੀਂ ਸੁਧ ਰਾਮ ਭਜਨਦੀ। ਕੁੱਤੇ ਵਾਂਗੂ ਦੁਆਰੇ ਦੁਆਰੇ ਡੋਲਦਾ ਫਿਰਦਾ, ਨਾ ਇੱਕ ਦਾ ਬਣਿਆ ਤੇ ਨਾ ਵੇਲੇ ਨਾਲ ਇਸ ਨੂੰ ਟੁੱਕਰ ਮਿਲਿਆ। ਜਿਹੜਾ ਦਰ ਦਰ ਦਾ ਮੰਗਤਾ ਹੋਵੇ, ਬਹੁਤੀ ਕਰੀ ਪਰਾਉਣਾ ਜੋ ਰਹਿੰਦਾ ਭੁੱਖਾ, ਬਹੁਤੇ ਬੂਹੇ ਫਿਰਨ ਵਾਲਾ ਕਦੇ ਸੁਖੀ ਨਹੀਂ ਹੋਇਆ। ਇੱਕ ਗੁਰੂ ਨਾਨਕ ਦਾ ਦਰ ਮਲ ਲੈ, ਗੁਰੂ ਨਾਨਕ ਦੇ ਬੂਹੇ ਤੇ ਬਹਿ ਜਾ, ਗੁਰੂ ਨਾਨਕ ਦੇ ਚਰਨ ਫੜ ਕੇ ਆਖ, ਬਾਬਾ ਮੈਂ ਕਰਮਹੀਨ ਕੁੜਿਆ। ਇਹ ਉਹਨਾਂ ਦੀ ਬਾਣੀ ਸਾਨੂੰ ਰਾਹ ਪਈ ਦੱਸਦੀ ਹੈ। ਬਾਬਾ ਜੀ ਮਿਸਾਲ ਦਿੰਦੇ ਸਨ, ਕੋਈ ਕੋਠੇ ਤੇ ਖੜੋਤਾ, ਅਸੀਂ ਉਹਨੂੰ ਮਿਲਣ ਗਏ, ਮਿਲਣ ਗਏ ਤਾਂ ਉਹਨੇ ਆਵਾਜ਼ ਦਿੱਤੀ ਕਿ ਬਈ ਅੰਦਰ ਡਿਉੜੀ ਵਿੱਚੋਂ ਪੌੜੀਆਂ ਨਹੀਂ, ਚੜ ਕੇ ਉੱਤੇ ਆ ਜਾ, ਮੈਨੂੰ ਮਿਲੇਗਾ। ਮਿਲਣਾ ਤਾਂ ਉਸਨੂੰ ਸੀ, ਉਸਦੀ ਬਾਣੀ ਨੇ ਸਾਨੂੰ ਰਸਤਾ ਦਿੱਤਾ। ਆ ਜੋ ਬੋਲਿਆ ਨਾ ਬਈ ਅੰਦਰੋਂ ਦੀ ਹੋ ਕੇ ਆ, ਫਲਾਣੇ ਪਾਸੇ ਪੌੜੀਆਂ ਨਹੀਂ, ਇਹ ਉਹਦੀ ਬਾਣੀ ਹੈ ਨਾ। ਉਹਨੇ ਬਾਣੀ ਕੀਤੀ ਆਪ ਨੂੰ ਮਿਲਣ ਵਾਸਤੇ, ਮੈਨੂੰ ਮਿਲਣਾ ਜੇ ਇਸ ਰਸਤੇ ਉਹਦੀ ਆ ਜਾਓ,
ਇਹ ਗੁਰੂ ਗ੍ਰੰਥ ਸਾਹਿਬ ਸਾਰਾ, ਇਹ ਗੁਰੂ ਕੀ ਬਾਣੀ, ਇਹ ਗੁਰੂ ਨਾਨਕ ਬੈਠਾ ਬੋਲਦਾ। ਜੇ ਗੁਰੂ ਨਾਨਕ ਨੂੰ ਮਿਲਣੇ ਤਾਂ ਜਿਵੇਂ ਬਾਣੀ ਆਖਦੀ ਹੈ ਉਵੇਂ ਕਰ ਲੈ, ਉਸੇ ਰਸਤੇ ਤੁਰ ਪਾ। ਤੁਰਦਾ ਕਿੱਥੇ ਪਹੁੰਚੇਗਾ? ਗੁਰੂ ਨਾਨਕ ਕੋਲ ਜਾ ਪਹੁੰਚੇਗਾ। ਤਾਂ ਬਾਣੀ ਰਸਤਾ ਪਈ ਦਿੰਦੀ ਆ ਮਿਲਣ ਦਾ। ਸਚਿਆਰ ਨਾ ਬਣ, ਇੰਜ ਨਾ ਕੁ ਮੈਂ ਕੀਤੇ ਹੀ ਨਹੀਂ, ਖਬਰੇ ਤੂੰ ਕੀ ਕੁਝ ਕਰ ਬੈਠਾ। ਹੁਣ ਉਹਨਾਂ ਦੀ ਮਾਫੀ ਤਾਂ ਹੋ ਸਕਦੀ ਹੈ ਜੇ ਸੱਚੇ ਦਿਲੋਂ ਆਖੇ ਮੈਂ ਭੁੱਲ ਗਿਆ, ਬਾਬਾ ਮੈਂ ਕਰਮਹੀਨ ਕੁੜਿਆਰ, ਕਿਉਂਕਿ ਪਿੱਛੋਂ ਰਾਤੀ ਸੱਦੜਾ, ਹਰ ਰਾਤੀ ਮੈਨੂੰ ਸੱਦ ਹੁੰਦੀ ਰਹੀ, ਉੱਠ ਨਾਮ ਖਸਮ ਕਾਡੇ, ਕਿ ਮੈਂ ਸੁਣਿਆ ਅਨਸੁਣਿਆ ਕੀਤਾ। ਮੈਂ ਜਦ ਵੀ ਸੰਗਤ ਵਿੱਚ ਆਇਆ ਮੈਨੂੰ ਇਹੀ ਉਪਦੇਸ਼ ਹੋਇਆ, ਅੰਮ੍ਰਿਤ ਵੇਲੇ ਉੱਠ, ਮੈਂ ਨਾ ਉੱਠਿਆ, ਮੇਰੇ ਕੰਨੀ ਇਹੀ ਆਵਾਜ਼ ਆਈ, ਨਾਮ ਜਪ, ਮੈਂ ਨਾ ਜਪ ਸਕਿਆ। ਮੇਰੇ ਜੈਸਾ ਕੁੜਿਆਰ ਹੋਰ ਸੰਸਾਰ ਵਿੱਚ ਕੌਣ ਹੈ? ਪਿਛਲੀ ਰਾਤੀ ਹਰ ਇੱਕ ਨੂੰ ਸੱਦ ਹੁੰਦੀ ਹੈ, ਚਾਹੇ ਕੋਈ ਸੁਣੇ ਔਰ ਚਾਹੇ ਨਾ ਸੁਣੇ। ਪਿਛਲੀ ਰਾਤੀ ਇੱਕ ਸਤੁਲਾ ਆਂਦਾ ਏ, ਪਿਛਲੀ ਰਾਤੀ ਇੱਕ ਸਤੁਲਾ ਆਂਦਾ ਏ, ਮਾਲਿਕ ਬੁਲਾਉਂਦਾਈ, ਉੱਠੀ ਹੋਏ ਦਾ ਫੁੱਲ ਬੰਦਿਆ, ਮਾਲਿਕ ਬੁਲਾਉਂਦਾਈ, ਮਾਲਕ ਸੱਦਦਾ ਰੋਜ਼, ਬੁਲਾਉਂਦਾ ਰੋਜ਼, ਸੱਦ ਦਿੰਦਾ ਅੰਮ੍ਰਿਤ ਵੇਲੇ ਉੱਠੀ ਹੋਏ ਨਾਮ ਜਪ ਲੈ, ਇਹ ਨਾਮ ਦਰਗਾਹ ਦਾ ਟਿਕਟ ਹੀ ਇਹਨੂੰ ਪੱਲੇ ਬੰਨ ਲੈ, ਮੇਰੇ ਕੋਲ ਆਏਗਾ, ਤੂੰ ਭਾਵੇਂ ਸੁਣ ਤੇ ਭਾਵੇਂ ਨਾ ਸੁਣ। ਪਰ ਜਿੱਦਣ ਉਸ ਡਾਢੇ ਨੇ ਅਸਲ ਦਾ ਸੱਦਾ ਦੇ ਦਿੱਤਾ ਬਈ ਹੁਣ ਆ ਜਾ, ਤੇ ਫਿਰ ਲਿਜਾਣ ਵਾਲੇ ਵੀ ਆ ਗਏ, ਉਸ ਵੇਲੇ ਅਣਸੁਣਿਆ ਕਰ ਸਕੇਗਾ? ਉਸ ਵੇਲੇ ਆਖੇਗਾ ਅੱਜ ਮੈਥੋਂ ਨਹੀਂ ਉੱਠਿਆ ਜਾਂਦਾ, ਮੈਂ ਨਹੀਂ ਉੱਠਦਾ, ਕੋਈ ਕਰਤੀ ਬਿਲਮ ਨਾ ਦੇਵਣੀ, ਵਣਜਾਰਿਆ ਮਿੱਤਰਾ ਉਹਨੇ ਤਕੜੇ ਪਾਏ ਹੱਥ। ਡਾਢੇ ਹੱਥਾਂ ਨੇ ਜਿਸ ਵੇਲੇ ਆਣ ਕੇ ਨੱਪਿਆ, ਫਿਰ ਲੈ ਚੱਲੇ ਗਤ ਗਲਾਵਿਆ, ਗਲਾਵੇ ਪਾ ਲੈ ਉਹਨਾਂ ਨੇ ਗਲ ਵਿੱਚ ਆਖਿਆ, ਰੋਜ਼ ਆਖਦੇ ਰਹੇ ਤੇ ਨਹੀਂ ਤੂੰ ਸੁਣਿਆ, ਹੁਣ ਛੱਡਣਾ ਨਹੀਂ, ਲੈ ਚੱਲੋ। ਉੱਥੇ ਜਾ ਕੇ ਮੁੜ ਪੁੱਛਿਆ, ਕਿਉਂ ਬਈ ਕਿੰਨਾ ਕੁ ਜਪ ਕੇ ਆਏ, ਦਿਖਾ ਨਾ ਟਿਕਟ, ਜੇ ਟਿਕਟ ਕੋਲ ਹੈ ਤੇ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ, ਤੇ ਜੇ ਟਿਕਟ ਕੋਲ ਨਹੀਂ ਤਾਂ ਫਿਰ ਜਿੰਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ, ਜਿਨ੍ਹਾਂ ਨੇ ਨਾਮ ਭੁਲਾਇਆ ਲਾਲਚ ਕੂੜੇ ਪਿੱਛੇ, ਇਹ ਤਾਂ ਕੂੜਾ ਲਾਲਚ ਹੈ। ਤੇ ਬਾਗਨ ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਦੇ ਆਈਐ, ਇਹ ਕੂੜਾ ਲਾਲਚ ਛੱਡ ਕੇ
ਇੱਕ ਮਨ ਹੋ ਕੇ ਅਲਖ ਵਾਹਿਗੁਰੂ ਨੂੰ ਜਪੋ ਸ੍ਰੀ ਵਾਹ। ਫਲ ਤੇ ਵੇਹੋ ਪਾਈਐ, ਉਹੋ ਜਿਹਾ ਫਲ ਪਾਏਗਾ ਭਲਾ ਕੀ ਹੋ ਜਿਹਾ ਸਹਿਬਾਗ ਦਿਨ, ਜਿਵੇਂ ਹੀ ਕਾਰ ਕਮਾਈਆ, ਜੈਸੀ ਕਾਰ ਕਮਾਏਗਾ, ਜਿਹੋ ਜਿਹਾ ਕੰਮ ਕਰੇਗਾ ਫਲ ਉਹੋ ਜਿਹਾ ਪਾਏਗਾ। ਜੇ ਕਿੱਕਰ ਬੀਜੇਗਾ ਕੰਡੇ ਚੁੱਭਣਾ, ਅੰਬ ਬੀਜੇਗਾ ਤਾਂ ਰਸ ਨਾਲ ਖਾਏਗਾ। ਜਿਵੇਂ ਹੀ ਕਾਰ ਕਮਾਈਆ, ਉਹ ਜੇ ਹੋਵੇ ਪੂਰਬ ਲਿਖਿਆ ਤਾਂ ਤੂੜ ਤਿਨਾਂ ਦੀ ਪਾਈਐ। ਕੋਈ ਪੂਰਬਲਾ ਬਣੇ ਸੰਯੋਗ, ਉਹ ਜੇ ਨਾਮ ਨਹੀਂ ਜਪ ਸਕੇ ਤਾਂ ਜਪਣ ਵਾਲਿਆਂ ਦੀ ਤੂੜ ਹੀ ਪਾ ਲਈਏ, ਜਿਨ੍ਹਾਂ ਜਪਿਆ ਉਹਨਾਂ ਦੇ ਚਰਨਾਂ ਦੀ ਤੂੜ ਲੈ ਲਈਏ, ਬਾਬਾ ਜੀ ਦੀ ਤੂੜ ਲੈ ਲਈਏ, ਜਿਨ੍ਹਾਂ ਨੇ ਸਵਾਸ ਸਵਾਸ ਜਪਿਆ, ਜਪਦਿਆਂ ਜਿਨ੍ਹਾਂ ਨੇ ਰਾਤਾਂ ਗੁਜ਼ਾਰੀਆਂ, ਜਪਦਿਆਂ ਜਿਨ੍ਹਾਂ ਨੇ ਦਿਨ ਗੁਜ਼ਾਰੇ, ਉਹਨਾਂ ਜਪਣ ਵਾਲਿਆਂ ਨੂੰ ਕਿੱਡਾ ਪਿਆਰ ਦੇ ਹਨ। ਜਿਨ ਜਪਿਆ ਤਿਸਕਾ ਬਲਿਹਾਰ, ਤਿਸਕੇ ਸੰਗ ਤਰੇ ਸੰਸਾਰ, ਕਿ ਸੰਸਾਰ ਉਹਨਾਂ ਦੇ ਸੰਗ ਨਾਲ ਤਰ ਸਕਦਾ ਜਿਨ੍ਹਾਂ ਚਿਰ ਉਹਨਾਂ ਦਾ ਸਰੀਰ ਰਿਹਾ ਉਹਨਾਂ ਦੇ ਬਚਨਾਂ ਦਾ ਸੰਗ, ਜਿੱਦਣ ਉਹ ਸਾਈਂ ਦੇ ਚਰਨਾਂ ਵਿੱਚ ਜਾ ਸਮਾਏ ਉਦਨ ਉਹਨਾਂ ਦੀ ਚਰਨ ਤੋੜੀ ਦਾ ਸੰਗ। ਇਹ ਉਹਨਾਂ ਦੀ ਤੋੜ ਲੈਣੀ ਹੈ, ਉਹਨਾਂ ਦੇ ਨਿਮਰਤਾ ਵਾਲੇ ਬਚਨ ਕਮਾਉਣੇ ਹਨ। ਤੇ ਫਿਰ ਕੀ ਆਖਦੇ ਸਨ, ਰਾਗਾ ਸਿੰਘ ਸੁਣਾ ਨਾ, ਮੇਰੀ ਮਤ ਬਾਂਵਰੀ ਮੈਂ ਰਾਮ ਵਿਸਾਰਿਓ। ਜਪਣ ਵਾਲੇ ਪੈ ਕਹਿੰਦੇ ਨੇ ਮੇਰੀ ਮਤ ਬਾਂਵਰੀ ਮੈਂ ਰਾਮ ਵਿਸਾਰਿਓ, ਤੇ ਨਾ ਜਪਣ ਵਾਲਾ ਕੀ ਆਖੇਗਾ। ਅਸੀਂ ਤਾਂ ਨਾ ਜਪਣ ਵਾਲਿਆਂ ਵਿੱਚੋਂ ਹਾਂ। ਜਪਣ ਵਾਲਿਆਂ ਨੇ ਕਿਹਾ ਮੇਰੀ ਮਤ ਬਾਂਵਰੀ ਮੈਂ ਰਾਮ ਵਿਸਾਰਿਓ, ਕਿਨ ਵਿਦ ਰਹਿਣ ਰਹਾਂ ਰੇ, ਸੇਜੇ ਰਮਤ ਨੈਣ ਨਹੀਂ ਪੇਖੋਂ, ਇਹ ਦੁੱਖ ਕਾਸਿਓ ਕਹੋਰ। ਐਡਾ ਦੁੱਖ ਹੁਣ ਕਿਸ ਅੱਗੇ ਜਾ ਕੇ ਖੋਲਾਂ ਕਿ ਤੂੰ ਬੈਠਾ ਅੰਦਰ ਤੇ ਮੈਂ ਤੈਨੂੰ ਵੇਖ ਨਹੀਂ ਸਕਦਾ, ਤੂੰ ਮੇਰੇ ਕੋਲ ਹੈ ਤੇ ਮੇਰੀਆਂ ਅੱਖਾਂ ਨਹੀਂ ਵੇਖਣ ਵਾਲੀਆਂ, ਤੂੰ ਮੇਰੇ ਅੰਗ ਸੰਗ ਹੈ ਤੇ ਮੈਨੂੰ ਕਦੇ ਚੇਤਾ ਹੀ ਨਹੀਂ ਆਇਆ ਤੇਰਾ, ਇਹ ਦੁੱਖ ਕਿਸ ਨੂੰ ਆਖੀਏ। ਇਹ ਬੜਾ ਦੁੱਖ ਜਿਹਨੂੰ ਬਾਪ ਕਹਿ ਗਿਆ ਹੋਵੇ ਜਾਣ ਵੇਲੇ ਤੇਰੇ ਵਿਹੜੇ ਵਿੱਚ ਧਨ ਦੱਬਿਆ ਪਰ ਮੈਨੂੰ ਪਤਾ ਨਹੀਂ ਕਿੱਥੇ, ਕਦੇ ਉਹ ਥਾਂ ਪੁੱਟਣਾ ਕਦੇ ਉਹ ਪੁੱਟਦਾ, ਨਹੀਂ ਪਿਆ ਮਿਲਦਾ, ਕਿੱਡਾ ਦੁੱਖ ਹੈ। ਹੈ ਬੜੀ ਗਰੀਬੀ, ਪੈਸੇ ਦੀ ਬੜੀ ਲੋੜ ਹੈ, ਔਰ ਇਹ ਵੀ ਪਤਾ ਕਿ ਅੰਦਰ ਮੇਰੇ ਲੱਖਾਂ ਦੱਬੇ ਪਏ ਹਨ ਪਰ ਮੈਨੂੰ ਹੁਣ ਇਹ ਪਤਾ ਨਹੀਂ ਪਏ ਕਿੱਥੇ ਹੈ, ਉਸਨੂੰ ਕਿੱਡਾ ਕੁ ਦੁੱਖ ਹੋਏਗਾ। ਭਾਈ ਅੰਮ੍ਰਿਤ ਸੰਗ ਬਸਤ ਹੈ ਤੇਰੇ, ਤੇਰੇ ਅੰਮ੍ਰਿਤ ਅੰਗ ਸੰਗ ਹੈ, ਦਿਖਿਆ ਸਿਉ ਪੁਰ ਜਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਤੂੰ ਉਸ ਰਸ ਦੀ ਖੋਜ ਨਹੀਂ ਕੀਤੀ, ਤੂੰ ਉਸ ਰਸ ਵਾਲੀ ਥਾਂ ਨੂੰ ਢੂੰਡਿਆ ਨਹੀਂ, ਉਸ ਥਾਂ ਨੂੰ ਪਕੜਿਆ ਨਹੀਂ, ਉਸ ਥਾਂ ਨੂੰ ਖੋਦਿਆ ਨਹੀਂ, ਤੈਨੂੰ ਰਸ ਪ੍ਰਾਪਤ ਨਹੀਂ ਹੋਇਆ, ਤੂੰ ਜ਼ਹਿਰ ਦੇ ਪਿੱਛੇ ਭਜਿਆ ਫਿਰਦਾ। ਰੇ ਮੂੜੇ ਤੂੰ ਉੱਚੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਜੇ ਤੂੰ ਚਾਹੇ ਤਾਂ ਜਪ ਸਕੇ ਸ੍ਰੀ ਵਾਹ, ਜੇ ਤੂੰ ਚਾਹੇ ਤਾਂ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਵਿੱਚ ਆ ਜਾਵੇਂ। ਪਰ ਇੱਕ ਨਿੱਕੀ ਜਿਹੀ ਗੱਲ ਪਿੱਛੇ ਕਿ ਉਸ ਵੇਲੇ ਆਲਸ ਆ ਜਾਂਦਾ ਹੈ ਤੇ ਬੰਦਾ ਪਾਸਾ ਪਰਤ ਕੇ ਮੁੜ ਸੌ ਜਾਂਦਾ, ਇਹਨੂੰ ਪਤਾ ਹੋਵੇ ਬਈ ਨਾ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਕਿਹੜੀ ਮਾਰ ਪਵੇਗੀ। ਬਈ ਕਹਿਣ ਲੱਗਾ ਜੀ ਕਿਰਪਾ ਕਰ, ਕਿਰਪਾ ਬਿਨਾਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਬਈ ਕਿਰਪਾ ਦੀ ਕੀ ਲੋੜ ਹੈ, ਜੇ ਤੂੰ ਸੁੱਤਾ ਹੋਵੇ ਅੰਮ੍ਰਿਤ ਵੇਲੇ ਕੋਈ ਤੇਰੇ ਕੋਲ ਖੜੋ ਕੇ ਆਖੇ ਤੇਰੇ ਘਰ ਨੂੰ ਅੱਗ ਲੱਗੀ ਹੋਈ ਹੈ, ਮੁੜ ਵੀ ਸੁੱਤਾ ਰਹੇਗਾ, ਡਰ ਕੇ ਉੱਠ ਪਏਗਾ ਨਾ, ਕੋਈ ਚਾਖੇ ਤੇਰੀ ਮੰਜੀ ਤਲੇ ਸੱਪ ਫਿਰਦਾ, ਤੂੰ ਛਾਲ ਮਾਰ ਕੇ ਉੱਠ ਖੜੋਏਗਾ ਕਿੱਥੇ। ਸੱਪ ਤੋਂ ਡਰ ਗਏ ਹੋ, ਅੱਗ ਤੋਂ ਡਰ ਗਏ ਹੋ, ਗੁਰੂ ਨਾਨਕ ਤੋਂ ਨਾ ਡਰਿਓ। ਜਦ ਗੁਰੂ ਨੇ ਆਖਿਆ ਅੰਮ੍ਰਿਤ ਵੇਲੇ ਉੱਠ ਤੇ ਤੈਨੂੰ ਪਾਉ ਨਾ ਆਇਆ, ਕਿ ਜੇ ਮੈਂ ਗੁਰੂ ਕੀ ਆਗਿਆ ਦਾ ਪਾਲਣ ਨਾ ਕੀਤਾ ਤਾਂ ਮੇਰੀ ਥਾਂ ਕਿਹੜੀ ਹੈ। ਸਤਿਗੁਰੂ ਆਖਦੇ ਨੇ
ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਰ। ਪਿਛਲੀ ਰਾਤੀ ਸੱਦੜਾ ਹੁੰਦਾ ਹੀ ਉੱਠੋ ਖਸਮ ਦਾ ਨਾਮ ਜਪ, ਨਹੀਂ ਜਪ ਕੇ ਜਾਏਗਾ ਤਾਂ ਫਿਰ ਲਿਲਕਣੀਆਂ ਲੈਂਦਾ ਜਾਏਗਾ, ਬਾਬਾ ਮੈਂ ਕਰਮਹੀਨ ਕੁੜਿਆਰ ਨਾਮ ਨਾ ਪਾਇਆ ਤੇਰਾ, ਰੋਂਦਾ ਜਾਏਗਾ ਆਖੇਗਾ ਮੈਂ ਤੇਰਾ ਨਾਮ ਨਹੀਂ ਜਪਿਆ, ਮੈਨੂੰ ਮਾਫ਼ ਕਰ, ਮੈਨੂੰ ਬਖਸ਼ ਲੈ। ਬਖਸ਼ਾਣਾ ਤਾਂ ਫਿਰ ਵੀ ਲੱਗੇਗਾ ਕਿਉਂਕਿ ਜਾਂ ਤੇ ਉਸ ਕੋਲ ਜਾਈਏ ਹੀ ਨਾ, ਮਤਲਬ ਹੀ ਨਾ ਰੱਖੀਏ। ਤੇ ਜਿਸ ਕੋਲ ਜਾਣਾ ਹੈ, ਜਿਸ ਨਾਲ ਮਤਲਬ ਹੈ, ਔਖੀ ਸੌਖੀ ਵੇਲੇ ਮੁੜ ਜੀ ਦੀ ਅੱਗੇ ਆਣ ਕੇ ਨੱਕ ਰਗੜਨਾ ਤੇ ਹੱਥ ਜੋੜਨੇ ਨੇ, ਉਹਦਾ ਬਚਨ ਪਹਿਲਾਂ ਹੀ ਮੰਨ ਲੈ, ਸੁੱਖ ਪਾਏਗਾ। ਤਾਂ ਸਾਹਿਬ ਆਖਦੇ ਨੇ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲਿਓ, ਪਿਛਲੀ ਰਾਤ ਹੈ ਸਦ ਹੋ ਰਹੀ ਹੈ ਤੈਨੂੰ ਉੱਠੀ ਪਰਮੇਸ਼ਰ ਦਾ ਨਾਮ ਜਪ। ਫਿਰ ਜਿਹੜੇ ਜਿਹੜੇ ਨਾਮ ਜਪਦੇ ਹਨ ਅੰਮ੍ਰਿਤ ਵੇਲੇ, ਕਿਹੜੀਆਂ ਬਖਸ਼ਿਸ਼ਾਂ ਦੇ ਹੱਕਦਾਰ ਹੁੰਦੇ ਹਨ। ਚਾ ਲਾਂਗੇ ਉੱਠ ਨਾਮ ਜਪ ਨਿਸਬਾਸਰ ਆਰਾਧ, ਸਾਹਿਬ ਆਖਦੇ ਨੇ ਕਾੜਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਧ, ਤੈਨੂੰ ਕੋਈ ਕਾੜਾ ਨਹੀਂ ਵਿਆਪੇਗਾ, ਤੇਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਸਭ ਮਿਟ ਜਾਣਗੀਆਂ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪੇਗਾ ਸ਼੍ਰੀ ਵਾਹਿਗੁਰੂ।